ਨਾਲ ਤੋਂ ਭੱਜਣਾ ਸਭ ਦੀ ਫੋੜ ਹੈ। ਇਹਨਾਂ ਨੂੰ ਇਹ ਸਰਕਾਰ ਜਾਂ ਇਹ ਪ੍ਰਸ਼ਾਸਨ ਮੀਡੀਆ ਪੂਰੀ ਕਰੀ ਹੈ। ਕਿੰਨਾ ਚਿਰ ਹੋ ਗਿਆ, ਸਾਲ ਦੋ ਸਾਲਾਂ ਦੀ ਗੱਲ ਹੋ ਗਈ, ਫਿਰ ਉੱਥੇ ਪ੍ਰਸ਼ਾਸਨ ਨੂੰ ਦਿਖਿਆ ਨੀ। ਜਿੱਥੇ ਮੈਂ ਉੱਥੇ ਕਿਸੇ ਨੇ ਸ਼ਿਕਾਇਤ ਕਰੀ ਹੈ, ਦੋ ਨੌਜਵਾਨਾਂ ਦੀ ਤੂੰ ਮੈਂ ਹੋ ਗਈ, ਤੇ ਉਹ ਆ ਕੇ ਉਹਨੂੰ ਫੜ ਕੇ ਅੰਦਰ ਬੰਦ ਕਰ ਦਿਓ। ਬਸ ਤੇ ਸਾਡੇ ਤੇ ਬਥੇਰੇ ਦਰਜ ਹੋਏ ਨੇ। 2009 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ 9 ਥਾਣੇ ਨੇ, 8 ਥਾਣਿਆਂ ਦੇ ਵਿੱਚ ਇੱਕੋ ਦਿਨ ਇੱਕ ਥਾਣੇ ਦੇ ਵਿੱਚ 5 ਪਰਚੇ ਮੇਰੇ ਤੇ ਦਰਜ ਹੋਏ। ਲੰਮਾ ਸਮਾਂ ਮੈਂ ਜੇਲ੍ਹ ਦੇ ਵਿੱਚ ਰਿਹਾ। ਭਾਨੇ ਸਿੰਘ ਦੇ ਪਰਿਵਾਰ ਨੂੰ ਤੇ ਇਸ ਪਿੰਡ ਵਾਲਿਆਂ ਨੂੰ ਫਿਕਰ ਨਾ ਕਰਿਓ, ਬਿਨਾਂ ਜ਼ਮਾਨਤ ਤੋਂ ਰਿਹਾ ਕਰਾ ਕੇ ਲਿਆਵਾਂਗੇ, ਚਿੰਤਾ ਨਾ ਕਰਿਓ।